ਬ੍ਰੈਂਪਟਨ ਪੂਰਬੀ ਤੋਂ ਓਨਟਾਰੀਓ ਸੂਬਾਈ ਪਾਰਲੀਮੈਂਟ ਦੇ ਮੈਂਬਰ ਗੁਰਰਤਨ ਸਿੰਘ ਵੱਲੋਂ ਓਨਟਾਰੀਓ ਦੀ ਅਸੈਂਬਲੀ ਵਿੱਚ ਬਿੱਲ 177 ਸਿੱਖ ਨਸਲਕੁਸ਼ੀ ਅਵੇਅਰਨੈਸ ਵੀਕ 2020 ਜੋ ਕਿ ਇਸ ਸਾਲ ਜਨਵਰੀ ਮਹੀਨੇ ਵਿੱਚ ਵਿਚਾਰ ਲਈ ਪੇਸ਼ ਕੀਤਾ ਗਿਆ ਸੀ 12 ਮਾਰਚ ਨੂੰ ਦੂਜੇ ਗੇੜ ਵਿੱਚ ਵੀ ਪ੍ਰਵਾਨ ਕਰ ਲਿਆ ਗਿਆ। ਹੁਣ ਇਸ ਕਾਨੂੰਨੀ ਖਰੜੇ ਦੇ ਪ੍ਰਵਾਨ ਹੋਣ ਦਾ ਆਖਰੀ ਗੇੜ ਬਾਕੀ ਰਹਿ ਗਿਆ ਹੈ ਜਿਸ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਇਸ ਮੌਕੇ ਓਨਟਾਰੀਓ ਪਾਰਲੀਮੈਂਟ ਦੇ ਗਲਿਆਰੇ ਵਿੱਚ ਕਈ ਦਰਜਨ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਗੁਰਦੁਆਰਿਆਂ ਦੇ ਪ੍ਰਬੰਧਕ ਮੌਜੂਦ ਸਨ। ਬਿੱਲ ਪੇਸ਼ ਕਰਨ ਵਾਲੇ ਸਿੱਖ MPP ਗੁਰਰਤਨ ਸਿੰਘ ਨੇ ਇਸ ਬਿੱਲ ਦੀ ਭੂਮਿਕਾ ਬਿਆਨ ਦਿਆਂ ਦੱਸਿਆ ਕਿ ਦਿੱਲੀ ਵਿੱਚ ਸਿੱਖ ਕਤਲੇਆਮ ਦੀ ਮਾਰ ਹੇਠ ਆਏ ਪਰਿਵਾਰ ਓਨਟਾਰੀਓ ਵਿੱਚ ਵੀ ਰਹਿੰਦੇ ਹਨ ਜੋ ਅੱਜ ਵੀ ਉਸ ਭਿਆਨਕ ਖੂਨੀ ਕਾਂਡ ਦੀਆਂ ਯਾਦਾਂ ਨੂੰ ਭੁਲਾ ਨਹੀਂ ਸਕੇ। There are a lot of people in Brampton East and in Brampton in general and in Ontario who are suffering and often suffering in silence because of the issues around a taboo where we don't talk about 1984, we don't talk about the trauma and the pain and suffering that we have faced and we continue to live with. It was very important for me to bring this bill forward to create a space where we can address this trauma, create awareness around it, and also just heal as a community collectively. ਗੁਰਰਤਨ ਸਿੰਘ ਨੇ ਦੱਸਿਆ ਕਿ ਇਸ ਕਰਕੇ ਇਹ ਕੋਈ ਭਾਰਤ ਦਾ ਮੁੱਦਾ ਨਹੀਂ ਬਲਕਿ ਇਹ ਹੁਣ ਕੈਨੇਡਾ ਦਾ ਵੀ ਮਸਲਾ ਹੈ। ਪਰ ਇਸ ਕਰਕੇ ਬਿੱਲ ਲਿਆਂਦਾ ਗਿਆ ਹੈ ਤਾਂ ਕਿ ਇਸ ਨਸਲਕੁਸ਼ੀ ਦਾ ਨਿਸ਼ਾਨਾ ਬਣੇ ਲੋਕ ਆਪਣੀ ਕਹਾਣੀ ਸਾਂਝੀ ਕਰ ਸਕਣ। November 1984, state organized and armed mobs killed thousands of Sikhs in the streets of Delhi and destroyed Sikh businesses and gurdwaras. This violence and other human rights abuses that Sikhs have faced has left a deep trauma and pain within us. But it did something even worse. The violence carried against the Sikh community has set a precedent which has been used against other minority groups in India. And that's exactly what happened. We've seen violence carried against Dalits, Christians, Muslims, Sikhs, and other minority groups within India. In 2002, Muslims were killed in Gujarat. In 2019, we saw Kashmir put under lockdown with a ban on internet, which continues till today. That same year, we saw the Citizenship Amendment Act, which discriminates against Muslims. ਓਨਟਾਰੀਓ ਦੀ ਹਾਕਮ ਪਾਰਟੀ ਦੇ ਮੰਤਰੀ ਪ੍ਰਭਜੀਤ ਸਿੰਘ ਸਰਕਾਰੀਆ ਨੇ ਇਸ ਮੌਕੇ ਸੂਬਾਈ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਕਿ ਇਹ ਨਸਲਕੁਸ਼ੀ ਭਾਰਤ ਸਰਕਾਰ ਦਾ ਯੋਜਨਾਬੱਧ ਢੰਗ ਨਾਲ ਕੀਤਾਕਾਰਾ ਸੀ। ਉਹਨਾਂ ਭਾਰਤ ਸਰਕਾਰ ਦੇ ਮੰਤਰੀ ਰਾਜਨਾਥ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਕੋਈ ਦੰਗੇ ਨਹੀਂ ਬਲਕਿ ਨਸਲਕੁਸ਼ੀ ਸੀ। MPP ਅਮਰਜੋਤ ਸਿੰਘ ਸੰਧੂ ਨੇ ਭਾਰਤ ਸਰਕਾਰ ਵੱਲੋਂ ਕੀਤੀ ਸਿੱਖਾਂ ਦੀ ਨਸਲਕੁਸ਼ੀ ਦਾ ਜ਼ਿਕਰ ਕੀਤਾ। ਉਹਨਾਂ ਕਾਲੀ ਸੂਚੀ ਨੂੰ ਵੀ ਆਪਣੇ ਵਿਚਾਰਾਂ ਵਿੱਚ ਸ਼ਾਮਲ ਕੀਤਾ। ਓਨਟਾਰੀਓ ਦੀ ਵਿਰੋਧੀ ਧਿਰ NDP ਆਗੂ ਐਂਡਰਿਊ ਹੋਰਵੈਥ ਨੇ ਸਿੱਖ ਨਸਲਕੁਸ਼ੀ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਲੋਕਾਂ ਨੂੰ ਨਕਾਰਨਾ ਚਾਹੀਦਾ ਹੈ ਜੋ ਸਾਨੂੰ ਵੜਨਾ ਚਾਹੁੰਦੇ ਹਨ। MPP ਨੀਨਾ ਤਾਂਗੜੀ ਨੇ ਕਿਹਾ ਕਿ ਇੱਕ ਹਿੰਦੂ ਮੈਂਬਰ ਹੋਣ ਦੇ ਨਾਤੇ ਮੈਂ ਸਿੱਖ ਵਿਰੋਧੀ ਕਤਲੇਆਮ ਦੀ ਨਿਖੇਧੀ ਕਰਦੀ ਹਾਂ। ਉਹਨਾਂ ਨਸਲਕੁਸ਼ੀ ਲਫ਼ਜ਼ ਵਰਤਣ ਤੋਂ ਗੁਰੇਜ਼ ਕੀਤਾ ਪਰ ਉਹਨਾਂ ਗਲਿਆਰੇ ਵਿੱਚ ਬੈਠੇ ਕਈ ਦਰਜਨਾਂ ਸਿੱਖਾਂ ਨੂੰ ਫਤਿਹ ਬੁਲਾ ਕੇ ਵਿਚਾਰ ਸ਼ੁਰੂ ਕੀਤੇ। ਇਸ ਤੋਂ ਇਲਾਵਾ MPP ਪਰਮਗਿੱਲ ਅਤੇ NDP ਦੀ ਮੀਤ ਆਗੂ ਅਤੇ MPP ਸਾਰਾ ਸਿੰਘ ਨੇ ਸਿੱਖ ਨਸਲਕੁਸ਼ੀ ਬਾਰੇ ਸੂਬਾਈ ਪਾਰਲੀਮੈਂਟ ਵਿੱਚ ਖੜੇ ਹੋ ਕੇ ਵਿਚਾਰ ਪੇਸ਼ ਕੀਤੇ ਅਤੇ ਬਿੱਲ ਦੀ ਹਮਾਇਤ ਕੀਤੀ। ਜ਼ਿਕਰਯੋਗ ਹੈ ਕਿ ਵਿਪਰਵਾਦੀ ਦਿੱਲੀ ਸਾਮਰਾਜ ਦੇ ਹਮਾਇਤੀਆਂ ਵੱਲੋਂ ਇਸ ਬਿੱਲ ਨੂੰ ਰੋਕਣ ਲਈ ਕਈ ਹੱਥਕੰਡੇ ਵਰਤੇ ਗਏ ਪਰ 12 ਮਾਰਚ ਦਾ ਦਿਨ ਉਹਨਾਂ ਲਈ ਨਾਕਾਮੀ ਅਤੇ ਸ਼ਿਕਸਤ ਭਰਿਆ ਰਿਹਾ ਜਦੋਂ ਇਸ ਬਿੱਲ ਨੂੰ ਹੁਣ ਵਿਚਾਰ ਚਰਚਾ ਲਈ ਦੂਜੇ ਗੇੜ ਵਿੱਚ ਪ੍ਰਵਾਨ ਕਰ ਲਿਆ ਗਿਆ ਹੈ। ਹੁਣ ਇਸ ਕਾਨੂੰਨੀ ਖਰੜੇ ਦੇ ਪ੍ਰਵਾਨ ਹੋਣ ਦਾ ਆਖਰੀ ਗੇੜ ਬਾਕੀ ਹੈ ਜਿਸ ਤੋਂ ਬਾਅਦ ਇੱਕ ਕਾਨੂੰਨ ਬਣ ਜਾਣਾ ਹੈ। ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਨੇ ਆ ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।